हाँ जी, सत श्री अकाल, आदाब, गुड मॉर्निंग ते बोंजो। वेलकम टू छन्ना ब्लॉग टीवी। अज एक नवा दिन, नवा शहर ते नवा ब्लॉग, पर एक सरप्राइज। अज सरदार साहब कल्ले नहीं, अज साडे नाल ने मॉन्ट्रियल दी बहुत ही मशहूर परसनैलिटी। मे बी तुसीं उहनां दी आवाज़ रेडियो हम सफर दे थ्रू सुनी होवे, बट शक्ल शायद चेहरा उहनां दा अज तुसीं पहली बार देखोगे। तो मेरी मुराद रेडियो हम सफर तो मिस कमलप्रीत कौर। जी सत श्री अकाल जी सारिआं नूं। तुसीं मैनूं शायद पहचान जाओ जे मैं कहां वेलकम टू द चैनल द डिंपल गर्ल्स। जी अज असीं छन्ना ब्लॉग टीवी दे नाल आपां चले आ इक नवां शहर एक्सप्लोर करन। हां जी, इक छोटा जिहा टाउन आ, वैसे कोई बड़ा वड्डा शहर नहीं। शैंबली है ना, सारे चलदे आ ते आपां इह टाउन एक्सप्लोर करन चले आ। ਤੇ ਉੱਥੇ ਇੱਕ ਨਾ ਹਿਸਟੋਰਿਕ ਫੋਰਟ ਵੀ ਹੈਗਾ, ਫੋਰਟ ਫੋਰਟ ਹੈਗਾ ਜੀ, ਕਿਸੇ ਰਾਜੇ ਦਾ, ਜਾਂ ਉਹਦੀ ਹਿਸਟਰੀ ਵੀ ਤੁਹਾਨੂੰ ਉੱਥੇ ਜਾ ਕੇ ਦੱਸਾਂਗੇ। ਜਨਰਲੀ ਉਹ ਵਿੰਟਰ 'ਚ ਬੰਦ ਹੁੰਦਾ ਆਈ ਥਿੰਕ, ਬਟ ਜੇ ਖੁੱਲ੍ਹਾ ਹੋਇਆ ਤਾਂ ਤੁਹਾਨੂੰ ਦਿਖਾਵਾਂਗੇ ਅੰਦਰੋਂ ਵੀ, ਜੇ ਨਹੀਂ ਖੁੱਲ੍ਹਾ ਹੋਇਆ ਤਾਂ ਚਲੋ ਤੁਹਾਨੂੰ ਉਹਦੇ ਆਸ ਪਾਸ ਵਾਲਾ ਏਰੀਆ ਵੈਸੇ ਬਹੁਤ ਸੋਹਣਾ, ਤੁਹਾਨੂੰ ਉਹ ਦਿਖਾ ਦਾਂਗੇ ਤੇ ਬਸ ਲੈਟਸ ਇਟ, ਚੱਲੀਏ ਫਿਰ। ਹਾਂਜੀ ਲੈਟਸ ਗੋ। ਪਹੁੰਚ ਗਏ ਜੀ ਆਪਾਂ ਸ਼ੈਂਬਲੀ ਟਾਊਨ ਪਹੁੰਚ ਗਏ ਆ। ਟਾਊਨ ਬਹੁਤ ਜ਼ਿਆਦਾ ਸੋਹਣਾ ਹੈ, ਛੋਟਾ ਜਿਹਾ ਜਿੱਦਾਂ ਕਹਿੰਦੇ ਆ ਪਿੰਡ ਕਸਬਾ। ਅਰੇ ਵਾਹ, ਆ ਗਿਆ ਉਹ ਕ੍ਰਿਸਮਸ ਪ੍ਰੋਗਰਾਮ ਚੱਲ ਰਿਹਾ ਜੀ, ਆ ਕੇ ਦੇਖਦੇ ਆ ਇੱਥੇ ਵੀ। ਆ ਗਏ ਬਸ ਆ ਗਏ। ਆਓ ਦੇਖ ਪਰ ਸ਼ੈਂਬਲੀ ਪਹੁੰਚ ਗਏ ਆ ਜੀ। ਸਟਾਰਿਕ ਇੱਥੇ ਬਾਰ ਐਕਸਕਿਊਜ਼ ਦ ਬੰਦਾ ਬਹੁਤ ਇਹ ਲਓ ਜੀ ਪੰਜਾਬੀ ਵੀਰੋ, ਆਪਾਂ ਗਏ ਹਾਂ ਪਹੁੰਚ ਸ਼ੈਂਬਲੀ ਸ਼ੌਂਬਲੀ ਹੈ ਨਾ। ਅਤੇ ਆਪਾਂ ਨਾ ਪਹਿਲਾਂ ਫੋਰਟ ਵੱਲ ਹੀ ਆ ਗਏ ਹਾਂ, ਬਿਕੋਜ਼ ਜੇ ਖੁੱਲ੍ਹਾ ਹੋਇਆ ਤਾਂ ਟਾਈਮਿੰਗ ਨਾ ਹੋਵੇ ਨਾ, ਕਈ ਵਾਰ ਬੰਦ ਕਰ ਦਿੰਦੇ ਨੇ ਵਿੰਟਰ ਪਹਿਲਾਂ। ਸੋ ਠੰਡ ਬਹੁਤ ਆ, ਬਿਕੋਜ਼ ਪਾਣੀ ਦੇ ਨਾਲ ਹੀ ਆ। ਅਤੇ ਆਪਾਂ ਦੇਖਦੇ ਹਾਂ, ਸਭ ਤੋਂ ਪਹਿਲਾਂ ਤਾਂ ਇਹੀ ਚੈੱਕ ਕਰਾਂਗੇ ਵੀ ਫੋਰਟ ਖੁੱਲ੍ਹਾ ਹੈ ਜਾਂ ਨਹੀਂ, ਹੈ ਨਾ। ਜੇ ਖੁੱਲ੍ਹਾ ਹੋਇਆ ਤਾਂ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ, ਫੋਰਟ ਕਿਲ੍ਹਾ ਹੈ ਨਾ ਰਾਜਸਥਾਨ 'ਚ ਬੜੇ ਨੇ ਵੈਸੇ। ਇੱਥੋਂ ਜੇ ਇੱਕ ਛੋਟੇ ਜਿਹਾ ਮੈਂ ਝਾਤੀ ਮਾਰੀਏ ਨਾ, ਕਿਸੇ ਗਰੀਬ ਜਿਹੇ ਰਾਜੇ ਦਾ ਲੱਗ ਰਿਹਾ ਹੈ ਨਾ, ਮਤਲਬ ਕੋਈ ਬਾਹਲਾ ਵੱਡਾ ਨਹੀਂ ਹੈਗਾ, ਪਰ ਠੀਕ ਹੈ, ਇਟਸ ਓਕੇ, ਦੇਖਦੇ ਅੱਗੇ ਜਾ ਕੇ ਬਣਦਾ ਹੈ ਕੀ। ਸੋ ਆਹ ਇਹਦਾ ਹੈਗਾ ਐਂਟਰੀ ਵਿਊ। ਸੋ ਆਪਾਂ ਨਾ ਤੁਹਾਨੂੰ ਨਾਲੋਂ ਨਾਲ ਸਾਰਾ ਕੁਝ ਦਿਖਾਉਂਦੇ ਜਾਂਦੇ ਹਾਂ। ਅਤੇ ਇੱਧਰ ਨੂੰ ਚੱਲਦੇ ਹਾਂ ਪਹਿਲਾਂ ਆਪਾਂ, ਕੋਈ ਬੋਰਡ ਜਾ ਇਹਨਾਂ ਦਾ, ਤੁਹਾਨੂੰ ਦੱਸਿਆ ਸੀ ਹਿਸਟੋਰਿਕ ਸਾਈਟ ਆ, ਸੋ ਇੱਦਾਂ ਦਾ ਉਰੇ ਕਾਫੀ ਕੁਛ ਹੋਣਾ। ਅੱਛਾ, ਮਤਲਬ ਜਿਹੜਾ ਇੱਧਰ ਆਹ ਹੈਗਾ ਨਾ ਆਪਣਾ, ਇਹਦੇ ਥੱਲੇ, ਹਾਂ ਇਹਦੇ ਥੱਲੇ ਮਤਲਬ ਦੱਬੇ ਹੋਏ ਲੋਕ ਹੈ, ਜਿਹੜੇ ਇੱਥੇ ਜੰਗਾਂ ਯੁੱਧਾਂ 'ਚ ਮਰੇ ਆ ਵਿਚਾਰੇ ਜਾਂ ਸ਼ਹੀਦ ਹੋਏ ਆ, ਉਹ ਦੱਬੇ ਹੋਏ ਆ। ਹਾਂ ਇਹ ਕੋਈ ਇੱਥੇ ਕੁੜੀਆਂ ਨੇ ਕੋਈ ਕਰਤੱਬ ਦਿਖਾਏ ਹੋਣਗੇ। ਕਹਿੰਦੇ ਪੰਜਾਬੀ ਵੀਰੋ ਠੰਡ ਬਹੁਤ ਆ, ਅਤੇ ਪਰ ਆਹ ਦੇਖੋ ਨਾਲ ਪਾਣੀ ਟੇਬਲਸ ਵਗੈਰਾ ਹੈਗੇ ਨੇ, ਸੋਹਣੀ ਜਗ੍ਹਾ ਹੈ, ਵੈਰੀ ਬਿਊਟੀਫੁਲ ਪਲੇਸ ਟੂ ਹੈਵ ਪਿਕਨਿਕ ਵਿਦ ਯੋਰ ਫਰੈਂਡਸ, ਆਪਣੇ ਫਰੈਂਡਸ ਨਾਲ ਲੈ ਕੇ ਇੱਥੇ ਆ ਕੇ ਹੈਂਗ ਆਊਟ ਕਰ ਸਕਦੇ ਹੋ। ਬਹੁਤ ਸ਼ਾਂਤ ਹੈ ਕਿਉਂਕਿ ਪਾਣੀ ਤਾਂ ਤੁਹਾਨੂੰ ਪਤਾ ਹੀ ਹੈ, ਪਾਣੀ ਦੇ ਆਸ ਪਾਸ ਤੁਹਾਨੂੰ ਸ਼ਾਂਤੀ ਬਹੁਤ ਮਿਲਦੀ ਹੈ, ਤੁਸੀਂ ਆਰਾਮ ਨਾਲ ਆ ਕੇ ਇੰਜੋਏ ਕਰ ਸਕਦੇ ਹੋ। ਹਾਂ, ਅਤੇ ਮੈਂ ਇੱਕ ਹੋਰ ਦੱਸਦਾ, ਵੀਡੀਓ ਸ਼ੂਟ ਵੀ ਜੇ ਕੋਈ ਮੌਂਟਰੀਅਲ ਤੋਂ ਸਿੰਗਰ ਜਾਂ ਨਾ, ਅਸੀਂ ਵੀ ਮੈਂ ਵੀ ਕਰੂੰਗਾ ਪਲੈਨ, ਜੇ ਮੈਨੂੰ ਕੋਈ ਇੱਦਾਂ ਦਾ ਕੋਈ ਲੋਕੇਸ਼ਨ ਚਾਹੀਦੀ ਹੋਈ ਤਾਂ ਬਹੁਤ ਸੋਹਣਾ ਹੋ ਸਕਦਾ, ਬਿਕੋਜ਼ ਇੱਕ ਤਾਂ ਕੋਈ ਰੋਕ ਟੋਕ ਹੈ ਨਹੀਂ, ਹੈ ਨਾ, ਓਪਨ ਆ ਪਲੇਸ, ਅਤੇ ਪਲੱਸ ਸਾਫ਼ ਸੁਥਰੀ ਆ, ਸਾਫ਼ ਸੁਥਰੀ ਬਹੁਤ ਆ, ਅਤੇ ਨੰਬਰ 2 ਤੇ ਐਸਥੈਟਿਕ ਆਫ ਦ ਪਲੇਸ ਬਹੁਤ ਜ਼ਿਆਦਾ ਸੂਦਿੰਗ ਐਂਡ ਕਾਮਿੰਗ ਐਂਡ ਬਿਊਟੀਫੁਲ ਆ। ਹਾਂ, ਆ ਅੰਗਰੇਜ਼ੀ ਵਾਲਾ ਸੁਣੀ ਚੱਲੋ ਬਸ ਨਾ, ਇਹ ਅੱਜ ਤੁਹਾਨੂੰ ਇਹ ਟੱਚ, ਥੋੜ੍ਹਾ ਅੰਗਰੇਜ਼ੀ ਟੱਚ ਆਪਣੇ ਬਲੌਗ 'ਚ ਮਿਲੂਗਾ, ਨਾਲ ਆ ਟੱਚ ਵੀ ਮਿਲੂਗਾ। ਹਾਂ, ਹਵਾ ਬਹੁਤ ਚੱਲਦੀ ਆ ਇੱਧਰ, ਹੋਰ ਵੀਰ ਇੰਜੋਏ ਕਰਦੇ ਫਿਰਦੇ ਸਾਡੇ ਨਾਲ, ਹੈ ਨਾ, ਫਰੈਂਚੀ ਬੋਲਦੇ ਨੇ। ਸੋ ਲਓ ਜੀ, ਹੁਣ ਆਪਾਂ ਪਹੁੰਚ ਚੁੱਕੇ ਐਂਟਰੀ 'ਤੇ, ਹੁਣ ਆਪਾਂ ਦੇਖਦੇ ਜੀ ਖੁੱਲ੍ਹਾ ਜਾਂ ਨਹੀਂ ਦਰਵਾਜ਼ਾ, ਹੈ ਨਾ। ਆ ਇਹਦੀ ਐਂਟਰੀ ਆ, ਅਤੇ ਮੈਂ ਵਾਈਡ ਐਂਗਲ 'ਚ ਸ਼ੂਟ ਕਰ ਰਿਹਾ, ਆਈ ਥਿੰਕ ਤੁਹਾਨੂੰ ਫਰੇਮ 'ਚ ਸਾਰੇ ਦਾ ਸਾਰਾ ਹੀ ਉਹ ਜਿਹੜਾ ਇੱਕ ਸਾਈਡ ਆ ਉਹਦੀ ਦਿਖ ਰਹੀ ਆ।
ਹਾਂ ਨਾਲੇ ਤੁਹਾਨੂੰ ਇਹ ਕਨਫਰਮ ਹੋ ਰਿਹਾ ਕਿ ਵਾਕਈ ਗਰੀਬ ਰਾਜੇ ਦਾ ਤੇ ਲੈਟਸ ਸੀ ਹੁਣ ਆਪਾਂ ਨੇੜੇ ਜਾ ਕੇ ਦੇਖਦੇ ਆ ਵੀ ਇਹ ਉਦਾਂ ਆਲੇ ਦੁਆਲੇ ਲਾਈਕ ਆਹ ਇਹਦਾ ਇੱਕ ਪਾਸਾ ਉਦਾਂ ਵਿੜਥ ਵੀ ਇਹਦੀ ਕਾਫੀ ਆ ਬਟ ਹੁਣ ਜਿਹੜੀ ਮੇਨ ਚੱਕਰ ਆ ਮੈਨੂੰ ਜਿਹੜੇ ਹਿਸਾਬ ਨਾਲ ਹਾਲਾਤ ਨੇ ਉੱਥੋਂ ਤਾਂ ਲੱਗਦਾ ਵੀ ਇਹ ਬੰਦ ਆ ਬਟ ਫਿਰ ਵੀ ਨੇੜੇ ਜਾ ਕੇ ਆਪਾਂ ਦੇਖਦੇ ਹਾਂ ਦਰਵਾਜ਼ੇ 'ਤੇ ਕੋਈ ਦਰਬਾਨ ਵੀ ਨਹੀਂ ਖੜਾ ਸੋ ਲੱਗ ਤਾਂ ਇੱਦਾਂ ਹੀ ਰਿਹਾ ਜਿਵੇਂ ਬੰਦ ਹੁੰਦਾ ਚੱਲ ਦੇਖ ਵੀ ਸ਼ੇਰਾ ਅੱਗੇ ਭੱਜ ਕੇ ਜਾ ਕੇ ਦੇਖ ਇੰਝ ਹਾਂਜੀ ਇਹ ਲਓ ਜੀ ਕੁੰਡਾ ਕਹਿੰਦੇ ਬੰਦ ਰੱਖੀ ਫਿਰਦੇ ਆ ਚਲੋ ਖੈਰ ਕੋਈ ਨਹੀਂ ਸਾਨੂੰ ਪਹਿਲਾਂ ਹੀ ਲੱਗ ਰਿਹਾ ਸੀਗਾ ਆਹ ਦੇਖੋ ਇਹਨਾਂ ਦੇ ਸੈਨਾਪਤੀਆਂ ਦੇ ਨਾਮ ਰੇਮੰਡ ਇਹਦੇ ਤਾਂ ਆਪਾਂ ਕੋਟ ਪੈਂਟ ਪਾਉਂਦੇ ਰਹੇ ਹਾਂ ਮਾਊਂਟ ਕਾਮ ਵਗੈਰਾ ਸਾਰਾ ਕੁਛ ਹੈ ਨਾ ਸੋ ਇਹ ਬੰਦ ਆ ਜੀ ਕੋਈ ਨਹੀਂ ਸਮਰ 'ਚ ਆਪਾਂ ਦੁਬਾਰੋਂ ਆਵਾਂਗੇ ਤੁਹਾਨੂੰ ਅੰਦਰੋਂ ਦਿਖਾਵਾਂਗੇ ਅੰਦਰ ਇਹਨਾਂ ਦੇ ਹਥਿਆਰ ਰੱਖੇ ਹੋਏ ਨੇ ਹੈ ਨਾ ਜਿਹੜੀਆਂ ਉਹ ਜੰਗਾਂ ਯੋਧਾ ਹੋਈਆਂ ਅਤੇ ਇਹਦੇ ਥੱਲੇ ਵੀ ਜਿਹੜੇ ਉਹ ਨੇ ਉੱਪਰ ਐਂਬਲਮ ਐਂਬਲਮ ਹਾਂ ਹਾਂਜੀ ਹਾਂਜੀ ਉਹ ਵੀ ਦਿਖਾ ਦਿੰਦੇ ਆ ਉਹ ਦੇਖੋ ਇਹ ਇੰਜ ਲਓ ਜੀ ਹੁਣ ਤੁਹਾਨੂੰ ਇਹੀ ਦਿਖਾਉਂਦੇ ਹਾਂ ਇਹਦਾ ਆਲਾ ਦੁਆਲਾ ਇਹਦੀ ਪਰਿਕਰਮਾ ਕਰਦੇ ਹਾਂ ਆਪਾਂ ਆਹ ਦੇਖੋ ਬੜਾ ਬਿਊਟੀਫੁੱਲ ਸੀਨ ਆ ਸੌਂਦਰਿਆ ਅਲੌਕਿਕ ਦ੍ਰਿਸ਼ ਜਿਹੜੀ ਗੱਲ ਮੈਂ ਕਹਿਣਾ ਹੁੰਦਾ ਵੀ ਕੈਮਰੇ ਚ ਸ਼ਾਇਦ ਤੁਹਾਨੂੰ ਉਨੀ ਜਿਹੜੀ ਬਿਊਟੀ ਆ ਉਹ ਨਹੀਂ ਦਿਖ ਰਹੀ ਹੋਣੀ ਜਿਹੜੀਆਂ ਅੱਖਾਂ ਨੇ ਆਪਣਾ ਅਸਲੀ ਕੈਮਰਾ ਲਾਈਕ ਤੁਸੀਂ ਲਾਈਵ ਉਰੇ ਜ਼ਰੂਰ ਆਓ ਇੱਕ ਵਾਰ ਤਾਂ ਜਿਹੜੇ ਖਾਸ ਕਰਕੇ ਨੇੜੇ ਰਹਿੰਦੇ ਆ ਮੌਂਟਰੀਅਲ ਉਹ ਆ ਕੇ ਐਕਸਪਲੋਰ ਕਰੋ ਨਾ ਇੱਕ ਵਾਰ ਤਾਂ ਚੀਜ਼ ਦੇਖਣੀ ਚਾਹੀਦੀ ਆ ਪੱਥਰ ਨੇ ਇਹ ਉਹ ਬੰਬੇ ਕਿਹੜੀ ਆ ਯਾਰ ਮੈਰੀਨ ਡਰਾਈਵ ਵਾਲੀ ਫੀਲ ਆ ਪੰਜਾਬੀ ਵੀਰੋ ਥੋੜ੍ਹੀ ਥੋੜ੍ਹੀ ਅਤੇ ਆਹ ਇਹਦਾ ਤੁਸੀਂ ਦੇਖ ਸਕਦੇ ਹੋ ਇਹਦਾ ਜਲਬ ਜੀ ਲੱਗੀ ਆ ਹਰੀ ਹਰੀ ਜਲਬ ਆ ਕੀ ਆ ਇਹ ਹਾਂ ਹਾਂ ਪੰਜਾਬ ਉਹੀ ਆ ਉਹੀ ਉਹੀ ਆਹ ਪੌੜੀਆਂ ਨੇ ਅਤੇ ਇੱਕ ਮਿੰਟ ਆ ਉਹ ਦੇਖ ਅੰਦਰ ਉਹ ਨਾ ਇੱਥੋਂ ਦੇਖ ਰਿਹਾ ਕੁਛ ਹਾਂ ਸੋ ਇਟਸ ਆ ਫੋਟੋਗ੍ਰਾਫੀ ਕਰਾ ਸਕਦੇ ਹੋ ਤੁਸੀਂ ਆਪਣੀ ਵੈਡਿੰਗ ਸ਼ੂਟ ਲਈ ਵੀ ਜਿਹਨੇ ਮੌਂਟਰੀ ਦਾ ਕਰਾਉਣਾ ਇੱਥੇ ਆ ਸਕਦੇ ਨੇ ਜਾਂ ਹਾਂ ਵੈਡਿੰਗ ਲਈ ਵਧੀਆ ਚੀਜ਼ ਆ ਖੁੱਲ੍ਹੀ ਡੁੱਲੀ ਆ ਨਾ ਕੋਈ ਰੋਕ ਟੋਕ ਆ ਹੈ ਨਾ ਅਤੇ ਪਾਣੀ ਵੀ ਆ ਅਤੇ ਸਮਝ 'ਚ ਤਾਂ ਹੋਰ ਆਲੇ ਦੁਆਲੇ ਦਰੱਖਤ ਵੀ ਆ ਉਹ ਦੇਖੋ ਲਓ ਜੀ ਪੰਜਾਬੀ ਵੀਰੋ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਥੋੜ੍ਹੀ ਜਿਹੀ ਇਹਦੀ ਹਿਸਟਰੀ ਹੈ ਨਾ ਵੈਸੇ ਤਾਂ ਜੇ ਤੁਸੀਂ ਡੀਪਲੀ ਜਦੋਂ ਤੁਸੀਂ ਉਰੇ ਆਉਣਾ ਜੇ ਜਾਣਨਾ ਚਾਹੋਗੇ ਤਾਂ ਤੁਸੀਂ ਵਿਕੀਪੀਡੀਆ ਜਾਂ ਗੂਗਲ ਤੋਂ ਦੇਖ ਸਕਦੇ ਹੋ ਪਰ ਜਿੰਨਾ ਕੁ ਮੈਂ ਆਉਣ ਤੋਂ ਪਹਿਲਾਂ ਦੇਖਿਆ ਸੀਗਾ ਉਹ ਬੇਸਿਕਲੀ ਇਹੀ ਫੰਡਾ ਵੀ ਇੱਥੇ ਵੀ ਰਾਜ ਬ੍ਰਿਟਿਸ਼ਰਸ ਨੇ ਕੀਤਾ ਹੈ ਨਾ ਤੁਹਾਨੂੰ ਪਤਾ ਇਹ ਪਤੰਦਰਾਂ ਨੇ ਦੁਨੀਆਂ 'ਤੇ ਕੋਈ ਇਹੋ ਜਿਹਾ ਕੋਨਾ ਨਹੀਂ ਛੱਡਿਆ ਜਿੱਥੇ ਨਾ ਗਏ ਹੁਣ ਅਤੇ ਰਾਜ ਨਾ ਕੀਤਾ ਹੋਵੇ ਸੋ ਕੈਨੇਡਾ 'ਤੇ ਇਹਨਾਂ ਦਾ ਰਾਜ ਸੀਗਾ ਅਤੇ ਜਿਹੜੀ ਕਿਊਬੈਕ ਸੀਗਾ ਉੱਥੇ ਸੀਗਾ ਫਰੈਂਚ ਰਾਜ ਹੈ ਨਾ ਤੁਹਾਨੂੰ ਪਤਾ ਤਾਂ ਹੀ ਇਹ ਥੋੜ੍ਹਾ ਜਿਹਾ ਜਿੰਨਾ ਕਿਊਬੈਕ ਦਾ ਇਨਫਰਾਸਟ੍ਰਕਚਰ ਆ ਉਹ ਥੋੜ੍ਹਾ ਯੂਰੋਪੀਅਨ ਆ ਬਿਕੋਜ਼ ਇੱਥੇ ਜਿੰਨਾ ਆਰਕੀਟੈਕਟ ਆ ਉਹਨਾਂ ਨੇ ਸਾਰਾ ਉੱਧਰੋਂ ਬਣਾਇਆ ਸੀਗਾ ਉਸ ਟਾਈਪ ਦਾ ਸੋ ਜਿਹੜਾ ਇਹ ਫੋਰਟ ਤੁਸੀਂ ਦੇਖ ਰਹੇ ਹੋ ਆਹ ਰਿਵਰ ਮੜੀ ਦਿਖਾ ਇਹਨਾਂ ਨੂੰ ਹੈ ਨਾ ਆਹ ਜਿਹੜੀ ਰਿਵਰ ਆ ਇਹਦੇ ਕੰਢੇ 'ਤੇ ਇੱਦਾਂ ਦੇ ਪੰਜ ਸੀਗੇ ਹੈ ਨਾ ਪੰਜ ਇੱਦਾਂ ਦੇ ਫੋਰਟ ਸੋ ਪਹਿਲਾਂ ਜਿਹੜੇ ਫਰੈਂਚਾਂ ਨੇ ਬਣਾਏ ਸੀਗੇ ਉਹ ਤਾਂ ਇਹੀ ਸੀਗਾ ਬਈ ਆਪਣਾ ਕਹਿਣ ਦਾ ਭਾਵ ਆ ਵੀ ਟਰੈਵਲਰਸ ਲਈ ਹੈ ਨਾ ਕੋਈ ਜਾਂ ਮਾੜੀ ਮੋਟੀ ਫੌਜ ਦੀ ਰੱਖਿਆ ਲਈ ਜਾਂ ਉਹਨਾਂ ਦੇ ਤੌਰ ਤਰੀਕੇ ਉਹਨਾਂ ਲਈ ਹੁੰਦੇ ਸੀਗੇ 1760 ਵਿੱਚ ਇਹ ਟੇਕ ਓਵਰ ਕਰ ਲਿਆ ਸੀ ਬ੍ਰਿਟਿਸ਼ ਆਰਮੀ ਨੇ ਹੈ ਨਾ ਫਰੈਂਚ ਸੀਗੇ ਉਹ ਇਹਨਾਂ ਨੇ ਹਰਾ ਦੇ ਸੀਗੇ ਅਤੇ ਇਹ ਵੈਸੇ ਉਹਦਾ ਬਣਿਆ 1717 ਦਾ ਹੋਇਆ ਜਿਹੜਾ ਆਹ ਵਾਲਾ ਲਾਸਟ ਵਾਲਾ ਪੋਰਟ ਆ ਪੰਜਾਂ 'ਚੋਂ ਇੱਕ ਠੀਕ ਆ ਜੀ ਸੋ ਫਿਰ ਇੱਥੇ ਉਸ ਤੋਂ ਬਾਅਦ ਆਪਾਂ ਇੱਧਰ ਚੱਲਦੇ ਹਾਂ ਆਹ ਭਾਈ ਸਾਹਿਬ ਉਹਨਾਂ ਨੇ ਰਾਜ ਕੀਤਾ ਠੀਕ ਆ ਸ਼ਕਲਾਂ ਵੀ ਦਿਖਾਓ ਇਹਨਾਂ ਜੀ ਥੋੜ੍ਹੀਆਂ ਥੋੜ੍ਹੀਆਂ ਹੈ ਨਾ ਅਤੇ ਇੱਥੇ ਫਿਰ ਬ੍ਰਿਟਿਸ਼ ਜਿਹੜੀ ਆਰਮੀ ਸੀਗੀ ਉਹ ਉਹਨਾਂ ਦਾ ਬੇਸ ਬਣ ਗਿਆ ਅਤੇ ਜਿੰਨੇ ਵੀ ਆਹ ਤੁਹਾਨੂੰ ਆ ਇੱਥੇ ਤੁਸੀਂ ਆ ਕੇ ਦੇਖੋਗੇ ਆ ਜਿੰਨੇ ਵੀ ਇਹ ਸਾਰੇ ਬ੍ਰਿਟਿਸ਼ ਆਰਮੀ ਦੇ ਜਰਨੈਲ ਸੀਗੇ ਇਹਨਾਂ ਨੇ ਇਹਨੂੰ ਅੱਗੇ ਵਧਾਇਆ ਫਿਰ ਇੱਥੇ ਜਿਵੇਂ ਹੁਣ ਤਾਂ ਫੋਰਟ ਹੀ ਆ ਇਹਦੇ ਆਲੇ ਦੁਆਲੇ ਦੁਆਲੇ ਇਹਨਾਂ ਨੇ ਇਹਨੂੰ ਮਤਲਬ ਹੋਰ ਜ਼ਿਆਦਾ ਜਿਹੜਾ ਜੰਗਾਂ ਯੁੱਧਾਂ ਲਈ ਯੂਜ਼ ਕਰਨਾ ਸ਼ੁਰੂ ਕਰਤਾ ਹੈ ਨਾ ਬਿਕੋਜ਼ ਇੱਥੋਂ ਅੱਗੇ ਜਿਹੜਾ ਸਾਧਨ ਸੀਗਾ ਉਹ ਜ਼ਿਆਦਾਤਰ ਸਮੁੰਦਰੀ ਜਹਾਜ਼ ਹੀ ਹੁੰਦੇ ਸੀਗੇ ਸੋ ਇਹ ਇਹਨਾਂ ਦੀ ਆਹ ਰਿਵਰ ਦੇ ਲਾਗੇ ਸੀਗਾ ਸੋ ਬ੍ਰਿਟਿਸ਼ ਨੇ ਜਿਹੜੀ ਬ੍ਰਿਟਿਸ਼ ਆਰਮੀ ਸੀਗੀ ਉਹਨਾਂ ਨੇ ਮਤਲਬ ਜ਼ਿਆਦਾਤਰ ਇਹਨੂੰ ਆਪਣੇ ਵੈਪਨਸ ਰੱਖਣ ਲਈ ਜ਼ਿਆਦਾਤਰ ਮਤਲਬ ਕਹਿ ਲਓ ਵੀ ਫੌਜ ਦੇ ਕੰਮਾਂ ਲਈ ਇਹਨਾਂ ਨੂੰ ਯੂਜ਼ ਕਰਨਾ ਸ਼ੁਰੂ ਕਰਤਾ ਸੀਗਾ ਆਹ ਦੇਖੋ
ਆ ਜਿਹੜਾ ਕੰਪਲੈਕਸ ਆ ਨਾ ਆ ਹੁਣ ਆਪਣਾ ਜਿਹੜਾ ਫੋਰਟ ਆ ਤੇ ਆ ਆਲੇ ਦੁਆਲੇ ਸਾਰੇ ਇਹਨਾਂ ਨੇ ਉਹ ਕੀਤਾ ਹੋਇਆ ਸੀਗਾ ਫੌਜੀ ਸਾਜੋ ਸਮਾਨ ਦਾ ਵੀ ਕਿਵੇਂ ਰੱਖਿਆ ਹੋਇਆ ਆਹ ਦੇਖੋ ਆਹ ਪੁਰਾਣਾ ਤੁਸੀਂ ਫੋਟੋਆਂ ਵੀ ਦੇਖ ਸਕਦੇ ਹੋ ਠੀਕ ਆ ਜੀ ਥੋੜ੍ਹੀ ਹਿਸਟਰੀ ਹੈ ਜਿਹੜੇ ਅਮੈਰੀਕਨ ਸੀਗੇ ਹੈ ਨਾ ਜੀ ਇਹਨਾਂ ਨੇ ਵੀ ਇੱਕ ਵਾਰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਹੈ ਨਾ ਅਤੇ ਬਈ ਇਹਨੂੰ ਜਿੱਤਣ ਦੀ ਪਰ ਫਿਰ ਇਹ ਕਿਊਬੈਕ ਇੱਥੇ ਆ ਗਏ ਸੀਗੇ ਜਿਹੜਾ ਕਿਊਬੈਕ ਸਿਟੀ ਗਏ ਉਹ ਕੈਪਚਰ ਕਰਨਾ ਨਹੀਂ ਕਰ ਸਕੇ ਫਿਰ ਬ੍ਰਿਟਿਸ਼ ਆਰਮੀ ਆ ਗਈ ਸੀਗੀ ਅਤੇ ਉਹਨਾਂ ਨੇ ਉੱਥੋਂ ਉਹ ਭਜਾਤੇ ਸੀਗੇ ਕਿਊਬੈਕ ਸਿਟੀ ਵੀ ਤੁਹਾਨੂੰ ਲੈ ਕੇ ਚੱਲਾਂਗੇ ਉਹ ਵੀ ਬਹੁਤ ਹਿਸਟੋਰੀਕ ਆ ਅਤੇ ਉੱਥੇ ਵੀ ਬਹੁਤ ਵੱਡੇ ਜਿਹੜਾ ਫਰੈਂਚ ਅਤੇ ਬ੍ਰਿਟਿਸ਼ ਆਰਮੀ ਦੇ ਸਭ ਤੋਂ ਜਿਹੜੇ ਵੱਡੇ ਟਾਕਰੇ ਨੇ ਉਹ ਕਿਊਬੈਕ ਸਿਟੀ ਹੋਏ ਨੇ ਤੋ ਇੰਨੀ ਕੁ ਦੀ ਹਿਸਟਰੀ ਆਪਾਂ ਤੁਹਾਨੂੰ ਦੱਸਤੀ ਆ ਡੀਪਲੀ ਤੁਸੀਂ ਹੋਰ ਵੀ ਪੜ੍ਹ ਸਕਦੇ ਹੋ ਠੀਕ ਆ ਜੀ ਤੋ ਹੁਣ ਆਪਾਂ ਚੱਲਦੇ ਹਾਂ ਆਪਣੀ ਅਗਲੀ ਜਗ੍ਹਾ ਵੱਲ ਇਹ ਇਹ ਸਾਰਾ ਤੁਹਾਨੂੰ ਆਪਾਂ ਫੋਰਟ ਦਿਖਾਤਾ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਟਾਊਨ ਸ਼ੈਂਬਲੀ ਲੈਟਸ ਗੋ ਸੋ ਲਓ ਜੀ ਹੁਣ ਆਪਾਂ ਫੋਰਟ ਤੋਂ ਬਾਅਦ ਆ ਗਏ ਟਾਊਨ ਵੱਲ ਬੜਾ ਪਿਆਰਾ ਛੋਟਾ ਕਿਊਟ ਜਿਹਾ ਟਾਊਨ ਆ ਅਤੇ ਥੋੜ੍ਹਾ ਕ੍ਰਿਸਮਿਸ ਦੇ ਨੇੜੇ ਤੇੜੇ ਆਪਾਂ ਸੋ ਇੱਥੇ ਇੱਕ ਥੋੜ੍ਹਾ ਇਵੈਂਟ ਜਿਹਾ ਚੱਲ ਰਿਹਾ ਬੱਚਿਆਂ ਲਈ ਹੈ ਨਾ ਅਤੇ ਉਹ ਤੁਹਾਨੂੰ ਦਿਖਾਉਂਦੇ ਹਾਂ ਅਤੇ ਸਾਡੇ ਨਾਲ ਦੀ ਰੇਡੀਓ ਹਮਸਫ਼ਰ ਪਤਾ ਨਹੀਂ ਕਿੱਥੇ ਚੱਲ ਗਈ ਚਲੋ ਦੇਖਦਾ ਉਹਨੂੰ ਮੈਂ ਇੱਥੇ ਹੀ ਹੋਣੀ ਕਿਤੇ ਨੇੜੇ ਤੇੜੇ ਆਓ ਸੀਗੀ ਆ ਜਾ ਵੀ ਇੱਧਰ ਦੀ ਆਓ ਅਸੀਂ ਫਿਰ ਇਕੱਠੇ ਹੋ ਗਏ ਆਪਾਂ ਦੁਬਾਰੋਂ ਅਤੇ ਠੰਡ ਕਰਕੇ ਬਹੁਤ ਬੁਰਾ ਹਾਲ ਆ ਬਾਈ ਸਾਨੂੰ ਨਾ ਗੱਡੀ 'ਚ 15-20 ਮਿੰਟ ਬਹਿ ਕੇ ਸਪੈਸ਼ਲ ਹੱਥ ਸੇਕਣੇ ਪੈ ਹੀਟ ਮੂਹਰੇ ਟੂ ਮੱਚ ਜਿਹੜੀ ਵਿੰਡ ਆ ਉਹ ਚੱਲ ਰਹੀ ਆ ਤਾਂ ਹੁਣ ਤੁਹਾਨੂੰ ਇੱਕ ਦਿਖਾਉਂਦੇ ਹਾਂ ਇਵੈਂਟ ਹੈ ਜਿਹੜਾ ਇੱਥੇ ਹਾਂ ਹਾਂ ਇਹ ਐਕਸਪਲੇਨ ਕਰਨਗੇ ਕਿਵੇਂ ਆ ਹਾਂਜੀ ਤੇ ਹੁਣ ਜਿੱਦਾਂ ਹੁੰਦਾ ਬੱਚਿਆਂ ਲਈ ਸੈਂਟਾ ਕਲੌਜ਼ ਜਿਹੜਾ ਬਹੁਤ ਬਿਗ ਡੀਲ ਹੁੰਦੀ ਆ ਤੇ ਆਪਾਂ ਦੇਖਦੇ ਹਾਂ ਮੂਵੀਜ਼ ਵਗੈਰਾ ਵਿੱਚ ਵੀ ਦੇਖਿਆ ਕਿ ਉਹ ਆਪਣੀ ਵਿਸ਼ਸ ਦੱਸਦੇ ਆ ਸੈਂਟਾ ਨੂੰ ਕਿ ਸਾਨੂੰ ਆਹ ਚਾਹੀਦਾ ਤਾਂ ਇੱਥੇ ਇਹਨਾਂ ਨੇ ਇੱਕ ਸੈਟਅਪ ਜਿਹਾ ਬਣਾਇਆ ਹੋਇਆ ਜਿੱਥੇ ਇੱਕ ਲੈਟਰ ਬਾਕਸ ਆ ਅਤੇ ਬੱਚੇ ਆਪਣੀ ਵਿਸ਼ਸ ਦੀ ਲਿਸਟ ਬਣਾ ਕੇ ਉਸ ਲੈਟਰ ਬਾਕਸ ਦੇ ਵਿੱਚ ਪੋਸਟ ਕਰ ਰਹੇ ਆ ਹਾਂਜੀ ਤੋ ਦਿਖਾਉਂਦੇ ਆ ਥੋੜ੍ਹਾ ਛੋਟਾ ਜਿਹਾ ਇਵੈਂਟ ਪਰ ਆ ਵਧੀਆ ਜਵਾਕਾਂ ਲਈ ਗੋਡਾ ਆਹ ਦੇਖੋ ਪੰਜਾਬੀ ਵੀਰੋ ਹੁਣ ਆ ਬੱਚਾ ਚੱਲਿਆ ਲੈਟਰ ਪਾਉਣ ਹੱਥ 'ਚ ਉਹਦੇ ਆਹ ਦੇਖੋ ਉਹਨੂੰ ਫੜਾਤਾ ਐਲਫ ਜੋ ਵੀ ਆ ਉਹ ਇਹ ਇੰਜ ਲੈ ਵੀ ਇਹ ਹੁੰਦੀ ਆ ਖੁਸ਼ੀ ਬਚਪਨ ਦੀ ਪੰਜਾਬੀ ਵੀਰੋ ਇਹ ਉਹ ਤੇਰੀ ਓ ਬਚਪਨ ਕਹਿੰਦੇ ਬੰਦਾ ਰੱਬ ਦੇ ਸਭ ਤੋਂ ਨੇੜੇ ਹੁੰਦਾ ਨਾ ਕੋਈ ਦਿਲ 'ਚ ਖਾਰ ਓਨਲੀ ਪਿਆਰ ਇਹ ਇੰਜ ਉਹ ਤੇਰੀ ਇਹ ਇੱਥੇ ਪ੍ਰੋਗਰਾਮ ਸੀਗਾ ਜਿਹੜਾ ਹੈ ਨਾ ਬੱਚਿਆਂ ਲਈ ਇਹ ਆਪਾਂ ਨੂੰ ਚਲੋ ਕੁਦਰਤੀ ਆਪਾਂ ਨੂੰ ਬੱਚੇ ਵੀ ਮਿਲ ਗਏ ਹੈ ਨਾ ਜਿਨ੍ਹਾਂ ਨੇ ਜਦੋਂ ਪਾਉਣ ਲੱਗੇ ਸੀਗੇ ਸੋ Do you want to say something to the audience? Of course, I will say something to the audience. Can come down. Come down. Thank you. Be kind, people. So Santa will give you gifts. Okay. Yeah. Thank you. Have a good fun. And she's... So... Hi. So, what is this dress like? Elves. Right? Okay. Yes. ਇੱਥੇ ਸੇਕਣਾ ਵੀ ਆ ਪਰ ਪਹਿਲਾਂ ਦੇਖੋ ਪੰਜਾਬੀ ਵੀਰੋ ਇੱਧਰ ਦੁਕਾਨਾਂ ਬਿਸਕੁਟ ਆਪਾਂ ਅੱਜ ਖਾਵਾਂਗੇ ਬਿਸਕਿਟ ਲਓ ਜੀ ਸਟਾਰ ਓਕੇ ਐਂਡ ਹਾਂ ਲਓ ਜੀ ਇਹ ਬਿਸਕੁਟ ਦੀ ਕਹਿੰਦੇ ਸਜਾਵਟ ਹੋ ਰਹੀ ਆ ਪੰਜਾਬੀ ਵੀਰੋ ਨਵੀਂ ਖੇਡ ਇਹ ਫਰੀ ਆ ਕਿ ਪੈਸੇ ਦੇਣੇ ਪੈਣੇ ਹੈ ਜੇ ਫਰੀ ਹੁੰਦੇ ਨੇ 4-5 ਚੱਕ ਲੈਣੇ ਸੀ ਇਹ ਠੀਕ ਹੈ ਇਹਨੂੰ ਫੜ ਲਾ ਉਸਤਾਦ ਕਿਉਂ ਇੰਜ ਉਹਨੂੰ ਪੁੱਛ ਬੇਬੇ ਨੂੰ ਨਾ ਪੈਸੇ ਪੂਏ ਖਾ ਬਈ ਹੈ ਕੁਛ ਗੱਲਬਾਤ ਮਿੱਠਾ ਲਿਆ ਫਿਰ ਇੱਕ ਦੰਦੀ ਮੈਨੂੰ ਵੀ ਦੇ ਭੁੱਖ ਲੱਗੀ ਆ ਕਹਿੰਦੇ ਫਰੀ ਦੇ ਬਿਸਕੁਟ ਖਾਣ ਤੋਂ ਬਾਅਦ ਹੁਣ ਅਸੀਂ
ਫਰੀ ਦੀ ਚਾਹ ਪੀਣ ਚੱਲੇ ਆ ਪੰਜਾਬੀ ਵੀਰੋ ਚੱਲ ਵੀ ਚੱਲ ਸ਼ੇਰ ਆ ਕੇ ਨਾ ਪੱਤੀ ਠੋਕ ਕੇ ਮਿੱਠਾ ਰੋਕ ਕੇ ਉਲਟ ਬੜਤੇ ਚਲੋ ਬੜਤੇ ਚਲੋ ਲਾਈਨ ਮੇ ਬੜਤੇ ਚਲੋ ਕੀ ਹੈ ਲਿਆ ਓ ਵਾਹ ਜੀ ਵਾਹ ਔਰ ਚਾਕਲੇਟ ਕਾਹਨੂੰ ਦੇਖ ਚਮਾ ਚਾਹ ਵਰਗੀ ਸ਼ਕਲ ਆ ਥੋੜੀ ਜੀ ਦੁੱਧ ਘੱਟ ਆ ਬਸ ਲਓ ਜੀ ਫਰੀ ਦੇ ਬਿਸਕੁਟਾਂ ਤੋਂ ਬਾਅਦ ਕਹਿੰਦੇ ਫਰੀ ਦੀ ਚਾਹ ਚੱਲ ਵੀ ਚੱਲ ਗਿਆ ਭਰ ਕੁੱਟਾਂ ਫਿਰ ਮੈਂ ਪੀਣੀ ਆ ਤੂੰ ਨਹੀਂ ਪੀਣੀ ਲਓ ਜੀ ਮੈਂ ਵੀ ਵੀਰੋ ਮੇਰੇ ਲਈ ਹੋਇਆ ਸਿਰਫ ਲੈ ਫਿਰ ਤੂੰ ਕੈਮਰਾ ਫੜ ਏ ਇੰਜ ਥੋੜੀ ਥੋੜੀ ਵਿੱਚ ਬਰਫ਼ ਵੀ ਪੈ ਰਹੀ ਆ ਚਾਹ ਦੇ ਕਿਵੇਂ ਲੱਗੀ ਇਹ ਪਤੰਦਰ ਕੀ ਕਰ ਗਏ ਨੇ ਇਹ ਮੈਨੂੰ ਲੱਗਦਾ ਮਿੱਠਾ ਮਿੱਠਾ ਪਾਈ ਹੈ ਨਹੀਂ ਇਹਨਾਂ ਨੇ ਚਾਕਲੇਟ ਫਿੱਕੀ ਚਾਕਲੇਟ ਚਲੋ ਕੋਈ ਨਹੀਂ ਇਹਨਾਂ ਦੇ ਬਾਬੇ ਸੈਂਟਾ ਕਲੌਜ਼ ਨੇ ਦਿੱਤੀ ਆ ਤਾਂ ਆਪਾਂ ਪੀਵਾਂਗੇ ਲਓ ਜੀ ਪੰਜਾਬੀ ਵੀਰੋ ਇਹ ਸੀਗਾ ਥੋੜ੍ਹਾ ਕ੍ਰਿਸਮਿਸ ਦਾ ਸਮਾਨ ਜਿਹਾ ਅਤੇ ਹੁਣ ਆਪਾਂ ਇੱਥੇ ਕਰਦੇ ਹਾਂ ਥੋੜ੍ਹਾ ਜਿਹਾ ਵਾਕਿੰਗ ਬੜਾ ਪਿਆਰਾ ਟਾਊਨ ਆ ਉਹੀ ਕਿਊਬੈਕ ਆ ਸੋ ਯੂਰੋਪੀਅਨ ਜੀ ਵਾਈਬ ਆ ਥੋੜ੍ਹੀ ਹੈ ਨਾ ਅਤੇ ਕੈਮਰਾ ਮੈਨੂੰ ਲੱਗਦਾ ਮੈਨੂੰ ਹੁਣ ਘੁੰਮਾ ਦੇਣਾ ਚਾਹੀਦਾ ਤੁਹਾਨੂੰ ਅਸੀਂ ਟਾਊਨ ਦਿਖਾਈਏ ਸੋ ਲਓ ਜੀ ਸ਼ੰਬਲੀ ਡਾਊਨ ਟਾਊਨ ਫਾਈਨ ਡਾਈਨ ਵਾਟਰ ਬੋਡੀਜ਼ ਅਤੇ ਸ਼ਿਪ ਡੈਕਸ ਇਹ ਅਸੀਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਨੈਕਸਟ ਪਾਰਟ ਵਿੱਚ ਬਿਕੋਜ਼ ਹੁਣ ਇਹ ਪਾਰਟ ਹੋ ਰਿਹਾ ਬਹੁਤ ਲੰਬਾ ਅਤੇ ਤੁਸੀਂ ਹੋ ਜਾਣਾ ਬੋਰ ਸੋ ਨੈਕਸਟ ਬਲੌਗ ਤੱਕ ਲਈ ਰੱਬ ਰਾਖਾ ਜਿਉਂਦੇ ਵਾਸਤੇ ਰਹੋ